ਤਰਾ ਹਮੇ ਤਾਂ ਕਹਿ ਰਿਹਾ ਤਿੰਨੋ ਪਾਲੇ ਬਾਈ ਕਹਿ ਰਿਹਾ ਮੇਰਾ ਨਵਾਂ ਟਰੈਕਟਰ ਆ ਮੈਂ ਨਹੀਂ ਪਾਉਂਦਾ ਕਹਿ ਰਿਹਾ ਦੋਵਾਂ ਗੱਲ ਕੱਢਣੀ ਆ ਮੈਂ ਕਿਹਾ ਚੱਲ ਕੱਢ ਦੇ ਬਾਈ ਦੋਵਾਂ ਗੱਲ ਕੱਢ ਲਈ ਜੇ ਦੋਵਾਂ ਗੱਲ ਨਿਕਲ ਜਾ ਅੱਛੀ ਗੱਲ ਆ ਬਾਈ ਲੋ ਬਾਈ ਪਤਾ ਨਹੀਂ ਕਿਆ ਬਣਾ ਕਰ ਨਿਕੜਾ ਕਿ ਨਹੀਂ ਨਿਕੜਾ ਕਿ ਨਿਕੜ ਗਈ ਨਿਕੜ ਗਈ ਨਿਕੜ ਗਈ ਅੱਛਾ ਉਹਨਾਂ ਬਹੁਤ ਬੰਦੇ ਕਾ ਮੈਸੇਜ ਹਾਂ ਬਾਈ ਬੁਲਟ ਕਹਾਂ ਬੁਲਟ ਇਹ ਫੜਿਆ ਬਾਈ ਤਰੋ ਆਪਣਾ ਪੀ ਵੀ 11 20 37 10 37 ਥੋੜ੍ਹੀ ਬਾਈ ਮਸ਼ੀਨ ਨਾ ਚੌਕ ਹੋ ਗਈ ਸੀ ਮਾਤਾ ਨੇ ਡੱਬਾ ਨਹੀਂ ਮੰਗਾਇਆ ਤਾਂ ਅਰਦਾਸ ਨਹੀਂ ਕਰੀ ਪਹਿਲਾਂ ਤਾਂ ਕਰਕੇ ਹੋਇਆ ਬਾਈ ਬਾਕੀ ਬਾਈ ਮਸ਼ੀਨ ਇਹ ਦੇਖੋ ਬਾਈ ਸੇਵਾ ਚੱਲ ਰਹੀ ਹੈ ਹਾਲੀ ਬਾਈ ਕੰਮ ਲੱਗ ਰਿਹਾ ਰੋੜੇ ਰੂੜੇ ਪਾ ਰਹੇ ਕਿਉਂਕਿ ਸੱਤ ਗਿੱਲਾ ਹੋ ਰਿਹਾ ਤਾਂ ਬਾਈ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਥਵੇਂ ਸਾਰੇ ਹੋਣਗੇ ਵਧੀਆ ਆਲ ਗੁੱਡ ਆਪਾਂ ਹੀ ਵਧੀਆ ਬਾਈ ਲਓ ਮਿੱਤਰੋ ਅੱਜ ਟਾਈਮ ਦਾ ਹੋ ਗਿਆ ਮਿੱਤਰੋ ਕਾਫੀ ਵਲੋਗ ਸਵੇਰ ਦੀ ਸਟਾਰਟ ਕਰਿਆ ਸ਼ਾਮ ਨੂੰ ਸਟਾਰਟ ਕਰ ਰਹੇ ਵਲੋਗ ਕਿਉਂਕਿ ਅੱਜ ਵੀ ਫੋਨ ਆਇਆ ਤਾ ਮਾਮਾ ਜੀ ਕਾ ਵੀ ਅੱਜ ਮਸ਼ੀਨ ਹੋ ਗਈ ਫਰੀ ਜੀ ਜੀਰੀ ਵਢਾ ਲਿਆ ਗਾ ਜੀਰੀ ਵੱਢਣ ਲੱਗ ਰਹੇ ਅੱਜ ਤੇਰੀ ਮੈਂ ਕਿਹਾ ਚਲੋ ਠੀਕ ਆ ਮੈਂ ਵੀ ਫਰੀ ਦਾ ਚਲੋ ਕੰਮ ਨਾ ਹੁੰਦਾ ਕੰਮ ਹੁੰਦਾ ਫਿਰ ਤੋਂ ਮੈਂ ਅਰਲੀ ਮਿਸ ਵੀ ਕਰ ਦਿੰਦਾ ਉਹ ਕਹਿ ਰਿਹਾ ਵੀ ਜੇ ਤੂੰ ਫਰੀ ਹੈ ਤੂੰ ਆ ਸਕਾ ਆ ਜਾ ਮੈਂ ਚਲੋ ਫਰੀ ਹਾਂ ਮੈਂ ਆ ਜਾਊਂਗਾ ਕਿਉਂਕਿ ਪਤਾ ਕਿਆ ਇਹਦੇ ਨੂੰ ਯਾਰ ਕਿਸਾਨ ਵੀਰ ਨੂੰ ਸਾਰਿਆਂ ਨੂੰ ਜ਼ਿੰਮੇਦਾਰ ਨੂੰ ਕੰਮ ਹੋ ਮਾਮਾ ਜੀ ਮਸ਼ੀਨ ਵੀ ਹੋਊਗੀ ਕੁਛ ਹੋਰ ਵੀ ਆਪਣੀ ਵੀ ਖੇਤੀ ਹੋਊਗੀ ਮੈਂ ਚਲੋ ਜੇ ਮੰਡੀ ਮੈਂ ਨਾ ਅੱਜ ਕੱਲ੍ਹ ਯਾਰ ਜਿਹੜਾ ਤੁਹਾਨੂੰ ਪਤਾ ਜੀਰੀ ਕਣਕ ਤੋਂ ਵਿਕ ਜਾ ਜਾਂਦੇ ਸਿੰਦਾਰ ਜੀਰੀ ਮੈਂ ਕਦੀ ਬੈਠਣਾ ਪੜਾ ਬਾਈ ਸਾਨੂੰ ਪਤਾ 100 ਲੱਲੇ ਭੱਬੇ ਕਰਨੇ ਪੜਾ ਮੈਂ ਕਿਹਾ ਚੱਲ ਕੋਈ ਨਹੀਂ ਉਹ ਕਹਿ ਰਹੇ ਫਰੀ ਨਹੀਂ ਹੁੰਦੇ ਹੈ ਵੀ ਜੇ ਤੂੰ ਬੈਠ ਸਕਾ ਤਲਵਾ ਦਈਏ ਜੀਰੀ ਮੈਂ ਚਲੋ ਕੋਈ ਨਹੀਂ ਮੈਂ ਆ ਗਿਆ ਮੈਂ ਜੀਰੀ ਤਲਵਾ ਦੂੰਗਾ ਬਾਕੀ ਅੱਜ ਜਿਹੜਾ ਵਲੋਗ ਬਣ ਰਿਹਾ ਇਹ ਤਰੀਕ ਹੈਗੀ ਹੈ ਬਾਈ 22 ਤਰੀਕ ਨੂੰ ਜੀਰੀ ਵੱਢਣ ਲੱਗ ਰਹੇ ਹਾਂ ਕਿਉਂਕਿ ਉਹ ਵਲੋਗ ਤਾਂ ਹਮ ਲੇਟ ਦੇਖ ਰਹੇ ਹਾਂ ਗੱਡੀ ਗਏ ਸਸਪੈਂਸ ਕਰਕੇ ਨਾ ਆਪਣਾ ਵਲੋਗ ਥੋੜ੍ਹੇ ਜਿਹੇ ਲੇਟ ਕਰ ਦਈਏ ਕਿਉਂਕਿ ਮੈਨੂੰ ਉਹ ਤਾਂ ਮਹਾਂ ਚਲੋ ਸਰਪ੍ਰਾਈਜ਼ ਦੇਣਗੇ ਵੀਰਾਂ ਨੂੰ ਤੋ ਕਰਕੇ ਬਾਕੀ ਮਿੱਤਰੋ ਇੱਕ ਆਪਣਾ ਇੱਧਰ ਰਸਤਾ ਚੱਲ ਗਿਆ ਸੰਜਰ ਪਰਾਰ ਘੇਲ ਵਾਲਾ ਉਸ ਮਾਂ ਥੋੜ੍ਹਾ ਗਟਕਾ ਗੁਟਕਾ ਪਾਉਣ ਲੱਗ ਰਹੇ ਚਲੋ ਸੇਵਾ ਵੀ ਚੱਲ ਰਹੀ ਉਸਕੀ ਔਰ ਊਂ ਵੀ ਲੰਘ ਰਹੇ ਹਾਂ ਮਾਂ ਚਲੋ ਜੇ ਲੰਘ ਜਾ ਅੱਛੀ ਬਾਤ ਆ ਯਾਰ ਨੇੜਾ ਪੜ ਜਾਗਾ ਨਹੀਂ ਫਿਰ ਦੂਰ ਤਾਂ ਫਿਰ ਔਖਾ ਹੀ ਹੋ ਜਾਂਦਾ ਬਾਕੀ ਚੱਲ ਰਹੀਆਂ ਅੱਜ ਗੱਡੀਆਂ ਯਾਰ ਚੱਲ ਪਰ ਇਸ ਗੱਡੀ ਦਾ ਯਾਰ ਨਾ ਚਲਾਵਾ ਸਾਨੇ ਕਹਿਣਾ ਕੁਛ ਕਹੀ ਜਾਓ ਮੇਰੇ ਨਾ ਸੱਚ ਪੁੱਛਾਂ ਨਾ ਉਸ ਗੱਡੀ ਦੀ ਬੁਰਾਈ ਕਰਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਕਿਉਂ ਜਿਹੜੀ ਚੀਜ਼ ਲਈ ਹੋਵਾ ਨਾ ਫਿਰ ਉਸਨੂੰ ਮਤਲਬ ਜਦ ਸੇਲ ਕਰਦੇ ਹਾਂ ਭੰਡਣੇ ਨੂੰ ਸਾਲਾ ਦਿਲ ਜਿਹਾ ਨਹੀਂ ਕਰਦਾ ਮਨ ਜਿਹਾ ਨਹੀਂ ਕਰਦਾ ਹੈ ਮਨ ਨੂੰ ਲੱਗਾ ਚਲੋ ਠੀਕ ਆ ਯਾਰ ਜਿਤਨਾ ਟਾਈਮ ਕਟਾ ਗਈ ਉਹ ਵੀ ਬਹੁਤ ਵਧੀਆ ਦੀ ਬਾਈ ਸਿਰੇ ਹੀ ਗੱਲਬਾਤੀ ਜਦ ਉਸਕਾ ਟ੍ਰੈਂਡ ਤਾਂ ਯਾਰ ਜਦ ਆਪਾਂ ਨੇ ਲਈ ਦੀ ਉਹ ਚੀਜ਼ ਵੀ ਇੱਕ ਸਿਰੇ ਗੱਲਬਾਤੀ ਵੀ ਉਸਨੂੰ ਭੰਡੂ ਨਾ ਪਰ ਜਦ ਇਸ ਗੱਡੀ ਨੂੰ ਚਲਾਵਾਂ ਨਾ ਯਾਰ ਤਾਰੀਫ ਕਰਨ ਨੂੰ ਆਪਣੇ ਆਪ ਮੱਲੋ ਮੱਲੀ ਦਿਲ ਕਰਾ ਵੀ ਹਾਂ ਯਾਰ ਉਹ ਚੀਜ਼ ਕੁਛ ਹੋਰ ਆ ਇਸਕਾ ਚਲਾਵਾ ਨਾ ਬਸ ਤੁਹਾਨੂੰ ਕਿਆ ਦੱਸੂ ਕਿਆ ਨਹੀਂ ਯਾਰ ਇੱਕ ਤਾਂ ਸਸਪੈਂਸ਼ਨ ਬਹੁਤ ਮਤਲਬ ਸੋਫਟ ਆ ਇਸਕਾ ਬਾਈ ਖੱਡੇ ਖੁੱਡਿਆਂ ਮੈਂ ਕਰਾਂ ਨਾ ਬਿਲਕੁਲ ਆਰਾਮ ਤੇ ਲੰਘ ਜਾ ਬਈ ਉਸਕਾ ਚਲੋ ਆਪਣੇ ਹਿਸਾਬ ਤੇ ਚਲੋ ਯਾਰ ਮੈਂ ਨਹੀਂ ਮਾੜਾ ਨਹੀਂ ਕਹਿੰਦਾ ਹੈ ਵਾ ਉਸਕੇ ਹਿਸਾਬ ਤੇ ਬਣੀ ਹੋਈ ਦੀ ਰੋ ਐਂਡ ਰਾਕਟ ਦੀ ਕੁਛ ਹੋਰ ਹਿਸਾਬ ਕਿਤਾਬ ਗਈ ਦੀ ਇਹ ਥੋੜ੍ਹੀ ਜਿਹੀ ਕੁਛ ਲਗਜ਼ਰੀ ਸੈਗਮੈਂਟ ਮਾ ਗਈ ਬਈ ਇਹ ਤਾਂ ਸਾਨੂੰ ਦੇਖਿਆ ਹੋਣਾ ਲਾਲੇ ਬਾਣੀਏ ਸਭ ਭੈਂ ਚ ਸਕੋਰਪੀਓ ਚੱਕੀ ਫਿਰ ਰਹੇ ਆ ਨਹੀਂ ਸਕੋਰਪੀਓ ਤਾਂ ਪਿੰਡਾਂ ਵਾਲੇ ਚੱਕ ਰਹੇ ਤੇ ਬਸ ਜੱਟ ਬੂਟ ਬੰਦੇ ਚੱਕ ਰਹੇ ਸਕੋਰਪੀਓ ਆਪਣੇ ਵਰਗੇ ਜ਼ਿਮੀਦਾਰ ਵੀ ਲੈ ਜਿਹੜੇ ਕਰ ਰਹੇ ਹਾਂ ਪਰ ਇਹ ਤਾਂ ਸਾਨੂੰ ਦੇਖ ਲਿਓ ਸਾਰੇ ਦਿੱਲੀ ਮੈਂ ਬੰਦੇ ਜਿੰਨੇ ਵੀ ਬਲੋਕ ਬਣਾ ਰਹੇ ਹਾਂ
ਸਾਰਿਆਂ ਵਾ ਸਕੋਰਪੀਓ ਕਿਤੇ ਨੇ ਦੇਖੋ ਕ੍ਰੇਟਰਾਂ ਸਾਰੇ ਸਕੋਰਪੀਓ ਨੇ ਚੱਕਰੇ ਨਹੀਂ ਸਕੋਰਪੀਓ ਕਲਾਸਿਕ ਨੂੰ ਸਕੋਰਪੀਓ ਨੂੰ ਕੋਈ ਹੱਥ ਨਹੀਂ ਪਾਵਾ ਤਾ ਕਿਉਂ ਉਹ ਥੋੜ੍ਹੀ ਜਿਹੀ ਨਾ ਅੱਛਾ ਜਦ ਵੀ ਕੋਈ ਵੀ ਚੀਜ਼ ਨਵੀਂ ਆਵਾ ਨਾ ਉਸਮਾਂ ਅਪਗ੍ਰੇਡ ਤੋਂ ਆਵਾ ਦੇਖੋ ਸਕੋਰਪੀਓ ਹੈ ਤੀ ਸਕੋਰਪੀਓ ਐਨ ਕਿਉਂ ਕੱਢਿਆ ਇਹਨੇ ਇੱਕ ਐਡੀਸ਼ਨਲ ਮੋਡਲ ਕੱਢਿਆ ਜਿਸਨੂੰ ਸਪੈਸ਼ਲ ਐਡੀਸ਼ਨ ਵੀ ਕਹਿ ਸਕਾਂ ਆਪਾਂ ਨੂੰ ਤੋ ਹੀ ਕੱਢਿਆ ਵੀ ਜੇ ਕੁਛ ਉਸਮਾਂ ਕਮੀਆਂ ਦਾ ਸੁਧਾਰ ਕਰਿਆ ਤਾਂ ਹੀ ਕੱਢਣੇ ਦਾ ਫਾਇਦਾ ਦੱਸ ਕਾ ਅੱਛਾ ਉਹ ਗੱਡੀ ਕਿਉਂ ਨਹੀਂ ਬਦਲੀ ਇਹਨਾਂ ਨੇ ਉਹ ਤਾਂ ਵੀ ਉਹ ਚੀਜ਼ ਉਹ ਰਹਿਣ ਦਿਉ ਇੱਕ ਨਵੀਂ ਚੀਜ਼ ਲਾਂਚ ਕਰਦੇ ਹਾਂ ਵੀ ਇੱਕ ਅਲੱਗ ਚੀਜ਼ ਹੋ ਜਾਵੇਗੀ ਤਾਂ ਕਰਕੇ ਅਲੱਗ ਚੀਜ਼ ਦੀ ਹਾਂ ਉਸਮਾਂ ਯਾਰ ਫੀਲ ਐਂਡ ਡਿਫਰੈਂਟ ਤੋਂ ਬਹੁਤ ਫਰਕ ਆ ਬਾਈ ਬਹੁਤ ਫਰਕ ਆ ਬਾਈ ਬਾਕੀ ਜਿਹੜਾ ਜਿਹੜਾ ਵੀਰ ਇਸ ਨੂੰ ਡਰਾਈਵ ਕਰ ਰਿਹਾ ਉਸ ਨੂੰ ਪਤਾ ਜਾਂ ਕਲਾਸਿਕ ਵਾਲਾ ਵੀਰ ਇਸ ਨੂੰ ਚਲਾ ਕੇ ਦੇਖੇਗਾ ਫਿਰ ਪਤਾ ਲੱਗੇਗਾ ਅੱਛਾ ਮੰਨੇ ਨਾ ਕਲਾਸਿਕ ਦੇ ਇੱਕੋ ਦਿਨ ਚਲਾ ਕੇ ਦੇਖੀ ਦੀ ਉਹ ਗੱਡੀ ਉਸੀ ਦਿਨ ਮਨ ਮੈਂ ਹੈ ਤਾਂ ਵੀ ਹਾਂ ਯਾਰ ਉਹ ਗੱਡੀ ਲੈਣੀ ਇੱਕ ਚਲਾ ਕੇ ਦੇਖੀ ਦੀ ਆਟੋਮੈਟਿਕ ਆਟੋਮੈਟਿਕ ਸਭ ਤੋਂ ਬੜਾ ਰੀਜ਼ਨ ਅੱਛਾ ਮੈਨੂੰ ਸੋਫਟ ਕਿਸਕਾ ਚਲਾਵਾ ਇਤਨਾ ਮੈਨੂੰ ਜਿਹੜੇ ਰੀਜ਼ਨ ਕਰਕੇ ਲਈਆ ਮੰਨੇ ਉਹ ਚੱਕਰ ਨਹੀਂ ਤਾਂ ਮੇਰਾ ਰੀਜ਼ਨ ਬਈ ਹਾਂ ਉਹ ਆਵਾ ਆ ਮੰਨੇ ਸਭ ਤੋਂ ਬੜਾ ਰੀਜ਼ਨ ਤਾਂ ਬਈ ਆਟੋਮੈਟਿਕ ਆ ਉਸਮਾਂ ਆਟੋਮੈਟਿਕ ਨਹੀਂ ਆਉਂਦਾ ਜੇ ਆਟੋਮੈਟਿਕ ਆਉਂਦਾ ਹੁੰਦਾ ਚਾਹ ਉਹ ਵੀ ਲੈ ਰੱਖੀ ਰੱਖਦੇ ਆਪਾਂ ਨੂੰ ਫਿਰ ਕੋਈ ਚੱਕਰ ਨਹੀਂ ਹੁੰਦਾ ਫਿਰ ਨਹੀਂ ਮੈਂ ਵੇਚੂੰਦਾ ਉਸ ਨੂੰ ਫਿਰ ਜੋ ਕੱਢੇ ਕੁੱਡਿਆਂ ਕੋਈ ਟਰੈਕਟਰ ਚਲਾਓ ਰਹੇ ਹਾਂ ਬਾਈ ਇਤਨਾ ਵੀ ਕਿਆ ਸੋਫਟ ਭਾਲਾਂਗੇ ਫਿਰ ਚਲਿਆ ਜਾਂਦਾ ਕੰਮ ਪਰ ਇਸ ਕਰਕੇ ਸਭ ਤੋਂ ਜ਼ਰੂਰੀ ਤਾਂ ਆਟੋਮੈਟਿਕ ਇਸ ਕਰਕੇ ਮੇਨ ਬੜਾ ਰੀਜ਼ਨ ਹੈ ਉਹ ਤਾਂ ਬਾਕੀ ਇਸ ਕੇ ਚਲਾਵਾ ਯਾਰ ਬਸ ਮੈਂ ਤੁਹਾਨੂੰ ਕਿਆ ਦੱਸੂ ਕਿਆ ਨਹੀਂ ਬਾਈ ਸਿੱਧੀ ਗੱਲ ਬਾਤ ਆ ਬਾਕੀ ਮਿੱਤਰੋ ਤੇਲ ਵਾਲੀ ਬੱਤੀ ਆਈ ਹੋਈ ਆ ਤੇਲ ਜ਼ਰੂਰ ਪਾਉਣਾ ਇੱਧਰ ਪੰਪ ਨਹੀਂ ਆਉਂਦਾ ਕੋਈ ਅੰਬਾਲਾ ਟੱਪ ਕੇ ਤੇਲ ਪਾਉਂਗਾ ਇਸ ਨੂੰ ਇਹਨਾਂ ਸਾਰੇ ਬਾਈ ਬੈਠੇ ਦੇਖੋ ਸੇਵਾ ਲਾਈ ਬਾਈ ਨੇ ਨਾ ਗਟਕਾ ਪਾਇਆ ਸਾਰੇ ਬਾਈ ਕਹਿ ਰਹੇ ਵੀ ਸੇਵਾ ਜੋ ਵੀ ਸ਼ਰਧਾ ਮੁਤਾਬਕ ਜੋ ਵੀ ਦੇ ਸਕਾਂ ਬਾਕੀ ਜਿਹੜੇ ਵੀ ਜਿੰਨੇ ਵੀਰ ਆ ਰਹੇ ਮੈਂ ਤਾਂ ਕਹਿ ਰਿਹਾ ਜ਼ਰੂਰ ਦੇ ਦੇਖੋ ਆਪਣੇ ਪੱਲੇ ਦੇ ਲਾਣੇ ਯਾਰ ਇੰਨਾ ਕੰਮ ਕਰਨਾ ਸੌਖਾ ਨਹੀਂ ਬਾਈ ਟੂਲ ਟੈਕਸਾਂ ਵਾ ਕਿੰਨਾ ਪੈਸਾ ਦੇ ਹਾਂ ਔਰ ਬਾਈ ਕਹਿ ਰਿਹਾ ਉਨੀ ਸੇਵਾ ਲਾਵਾਂਗੇ ਜਿੰਨੇ ਤੱਕ ਆਪਣੇ ਪੈਸੇ ਪੂਰੇ ਨਹੀਂ ਹੁੰਦੇ ਬਸ ਜੋ ਵੀ ਹੋਵਾ ਆਪਣੀ ਸੜਕ ਮਤਲਬ ਕੋਈ ਤੰਗੀ ਨਾ ਹੋਵਾ ਮੈਂ ਕਿਹਾ ਯਾਰ ਮੱਚ ਬੈਟਰ ਬਹੁਤ ਨਾਈਸ ਕੰਮ ਕਰਿਆ ਬਹੁਤ ਸੰਜਰਪੁਰ ਜਿਹੜਾ ਪਿੰਡ ਆ ਬਾਈ ਬਹੁਤ ਐਪਰੀਸ਼ੀਏਟ ਕਰੂੰ ਮੈਂ ਤਾਂ ਬਹੁਤ ਧੰਨਵਾਦ ਆ ਵੀਰਾਂ ਦਾ ਬਾਈ ਇੰਨੀ ਬੜੀ ਕੋਈ ਸੇਵਾ ਲੈਣੀ ਕੋਈ ਸੌਖੀ ਗੱਲ ਨਹੀਂ ਤੁਹਾਨੂੰ ਪਤਾ ਲੋਕ ਦੇਣ ਵਾਲੇ ਤਾਂ ਯਾਰ 20-20 ਰੁਪਏ ਵੀ ਦੇਈ ਜਹਾਂ ਆ ਠੀਕ ਨਹੀਂ ਪਰ ਮੈਂ ਤਾਂ ਨਹੀਂ ਕਹਾਂ ਕਿੰਨਾ ਇਕੱਠ ਕਰਨ ਕੋਈ ਸੌਖਾ ਨਹੀਂ ਲੱਖਾਂ ਰੁਪਏ ਦਾ ਕੰਮ ਆ ਬਾਈ ਘਰਾਂ ਦੇ ਕੰਮ ਸੇਵਾ ਕਰਨੀ ਬਹੁਤ ਔਖੀ ਆ ਘਰਾਂ ਦੇ ਲਾਉਣੇ ਬਹੁਤ ਔਖੇ ਆ ਅਰ ਮੈਂ ਵੀ ਜ਼ਿਮੀਂਦਾਰ ਬੰਦੇ ਯਾਰ ਕਹਾਂ ਦੇ ਤੁਹਾਨੂੰ ਪਤਾ ਜ਼ਿਮੀਂਦਾਰ ਦਾ ਤਾਂ ਪਹਿਲਾਂ ਨਹੀਂ ਕਰਦੇ ਲੁੱਟ ਰਿਹਾ ਤਾਂ ਇਸ ਕਰਕੇ ਬਾਈ ਜੋ ਵੀ ਸੇਵਾ ਪੁੱਗਾ ਬਾਈ ਜ਼ਰੂਰ ਦਿਉ ਜ਼ਰੂਰ ਦਿਉ ਇੱਕ ਨਵੀਂ ਗੱਡੀ ਆ ਨਾ ਜੋ ਨਹੀਂ ਪਤਾ ਲੱਗਦਾ ਹੈ ਈ ਵੀ ਰੇਂਜ ਪਤਾ ਕਿੰਨੀ ਦਿਖਾ ਰਿਹਾ 24 ਕਿਲੋਮੀਟਰ ਦੀ ਰੇਂਜ ਦਿਖਾ ਰਿਹਾ ਐਵਰੇਜ ਦਿਖਾ ਰਿਹਾ 12 ਕਿਲੋਮੀਟਰ ਦੀ 11.8 ਚਲੋ ਉਰਾ ਚਲਾ ਚੱਲ ਵੀ ਪਹਿਲੇ ਗੇਅਰ ਮਾਂ ਰਹੇ ਹਾਂ ਰੇਂਜ ਦਿਖਾ ਰਿਹਾ 24 ਕਿਲੋਮੀਟਰ ਕੀ ਕਈ ਦਿਨ ਤੋਂ ਇਸਕਾ ਉਹੀ ਨਹੀਂ ਸਮਝ ਆਣੇਗਾ ਵੀ ਉਹ ਜਦ 32,000 ਕਿਤਨੀ ਚਲਾਏਗੀ ਕਿਤਨੀ ਨਹੀਂ ਅੱਛਾ ਉਹ ਤੇਲ ਤੂਲ ਵਾਲਾ ਸਿਸਟਮ ਦਿਖਣਾ ਨਹੀਂ ਚਾਹੀਦਾ ਬੰਦੇ ਦਾ ਸਾਲਾ ਊਈ ਮਨ ਡਰੀ ਜਾ ਰਹੇ ਹੈ ਇਸ ਨੂੰ ਐਵਰੇਜ ਦੇਖ ਹਾਂ ਇੰਨੀ ਕੁ ਐਵਰੇਜ ਦੇ ਰਹੀ ਆ ਤਾਂ ਮੈਂ ਧਾਕੜ ਹੋਣਾ ਚਾਹੀਦਾ ਕੰਮ ਕੋਈ ਚੱਕਰ ਹੀ ਨਹੀਂ ਬਾਈ ਚੱਲਣ ਦੇ ਕੰਮ ਨੂੰ ਉਸ ਗੱਡੀਆਂ ਕੋਈ ਨਹੀਂ ਤਾਂ ਪਹਿਲਾਂ ਬੁਲਟ ਰੱਖਿਆ ਤਾਂ ਉਸਮਾਂ ਨਹੀਂ ਆਇਆ ਭੈਣ ਜੋ ਤੇਲ ਪਾਓ ਚਲੋ ਬਸ ਯੋ ਨਾ ਰੇਂਜ ਰੂੰਜ ਕਿਆ ਐਵਰੇਜ ਉਵਰੇਜ ਦੇਖਣੀ ਵੱਡੇ ਗੱਡ ਖੰਨੇ ਕੱਢਦੇ ਨਾ ਐਵਰੇਜ ਨਹੀਂ ਉਹ ਬੜੀ ਗੱਲ ਆ ਬਾਈ ਇਹ ਨਹੀਂ ਪਤਾ ਐਵਰੇਜ ਕਿਆ ਫਾਲ ਰਹੇ ਆਪਾਂ ਜੇ ਕੀ ਐਵਰੇਜ ਦੇਖਣ ਲੱਗੇ ਫਿਰ ਸਾਲੇ ਚੱਲਦੇ ਨਹੀਂ ਬਾਈ ਨਾ ਫਿਰ ਸਾਲਾ ਦਿਲ ਘਟਣ ਲੱਗ ਗਿਆ ਸੱਚੀ ਬਾਤ ਆ ਬਾਈ ਊਂ ਚਲੋ ਬੰਦਾ ਜੋ ਮਰਜ਼ੀ ਕਹੀ ਜਾ ਮਿਡਲ ਕਲਾਸ ਬੰਦੇ ਵਾਸਤੇ ਨਾ ਇਹ ਚੀਜ਼ਾਂ ਯਾਰ ਮਾਇਨੇ ਰੱਖਾਂ ਐਵਰੇਜ ਐਰਾ ਵਗੈਰਾ ਇਹਨਾਂ ਤਾਂ ਦਿਖਣੀ ਨਹੀਂ ਚਾਹੀਦੀ ਜਾਂ ਬੰਦੇ ਨੂੰ ਦਿਖਣੀ ਕੀ ਨਹੀਂ ਫਿਰ ਬਾਲਾ ਪਤਾ ਹੀ ਨਹੀਂ ਹੈ ਵੀ ਕਿੰਨੇ ਕੀ ਦੇ ਰਹੇ ਕਿੰਨੇ ਕੀ ਨਹੀਂ ਉਹ ਪਤਾ ਵੀ ਜਦ ਮੁੱਕ ਗਿਆ ਤੇਲ ਪਵਾ ਲਓ ਚਲਾ ਲਓ ਬਸ ਬਾਤ ਖਤਮ ਇਸ ਤੇ ਉੱਪਰ ਨਹੀਂ ਕੁਛ ਆਉਣਾ ਚਾਹੀਦਾ ਥੋੜ੍ਹਾ ਅੱਗਾ ਕਰੇ ਬਾਈ ਬਾਈ ਰਸਤਾ ਟੋਪਮ ਟੋਪ ਬਣ ਗਿਆ ਇਸ ਤਰ੍ਹਾਂ ਮਰਜ਼ੀ ਚਲਾਓ ਟਾਈਮ ਬੜਾ ਕਿੱਧਰ ਚੱਲ ਰਿਹਾ ਕਹਿੰਦੇ ਇਸ ਤਰ੍ਹਾਂ ਨਾ ਚੱਲੇ ਕਰ ਬਾਈ
ਈਵਨ ਗੇਅਰ ਗੂਰ ਕੇ ਆਪਣਾ ਜੂਮ ਜੂਮ ਕਰਦੇ ਵਗ ਜਾ ਬਾਈ ਨਜ਼ਾਰਾ ਵਾ ਓਏ ਹੋਏ ਜੇ ਦੇਖੋ ਬਾਈ ਸੇਵਾ ਚੱਲੀ ਰਹੀ ਹਾਲੀ ਬਾਈ ਕੰਮ ਲੱਗ ਰਿਹਾ ਰੋੜੇ ਰੂੜੇ ਪਾ ਰਹੇ ਕਿਉਂਕਿ ਸਭ ਤੇ ਗਿੱਲਾ ਬਰਾਤ ਬਾਈ ਚਲੋ ਅੱਛੀ ਬਾਤ ਆ ਬਾਈ ਕਹਿੰਦਾ ਵੀ ਰਸਤਾ ਤਾਂ ਇੱਕ ਸਵਰਗ ਦਾ ਰਸਤਾ ਜਿਸ ਤਰ੍ਹਾਂ ਕਹਿੰਦੇ ਕਰਾਂ ਉਹ ਚੀਜ਼ ਵਾ ਰਸਤਾ ਤਾਂ ਇੱਕ ਸਭ ਤੇ ਬੜੀ ਸੇਵਾ ਬਾਈ ਬਾਈ ਨੈਸ਼ਨਲ 44 ਵਾ ਚੜ੍ਹ ਗਏ ਇੱਧਰ ਰੇਂਜ ਵੀ 12 ਕਿਲੋਮੀਟਰ ਕੀ ਰਹਿ ਗਈ ਸੀ ਪਰ 12-12 ਕਿਲੋਮੀਟਰ ਕੀ ਕਹਿਣੇ ਗਈ ਬਾਈ ਉਹ ਬਹੁਤ ਚੱਲ ਜਾ ਗੱਡੀ ਮੈਂ ਬਹੁਤ ਵਿਸ਼ਵਾਸ ਕਰੂੰ ਇਸ ਚੀਜ਼ ਵਾ ਉਹ ਸਾਹਮਣੇ ਪੰਪ ਵੀ ਰਿਹਾ ਭਾਰਤ ਪੈਟਰੋਲੀਅਮ ਤੇਲ ਪਵਾਉਣੇ ਆ ਜ਼ਰੂਰੀ ਨਹੀਂ ਨਵੀਂ ਗੱਡੀ ਕਿਆ ਪਤਾ ਸਹੀ ਉਹ ਪਰ ਮੈਨੂੰ ਨਹੀਂ ਲੱਗਦਾ ਯਾਰ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਦੱਸਾ ਐਗਜੈਕਟ ਨਹੀਂ ਦੱਸਦੀ ਉਹ ਰੇਂਜ ਰੂੰਜ ਨਾ ਉਹ ਐਵਰੇਜ ਮੈਨੂੰ ਲੱਗਾ ਐਗਜੈਕਟ ਦੱਸਦੀ ਉਹਨੇ ਉਹਦਾ ਇੱਕ ਹੋਆ ਬੰਦੇ ਨੂੰ ਚਲੋ ਪਤਾ ਲੱਗਦਾ ਰਹਾ ਇਤਨਾ ਕੁ ਹੋਰ ਕੁਛ ਨਹੀਂ ਹੈ ਇੱਕ ਉਹ ISO 18 ਆਇਆ ਨਾ ਇਸ ਵਾਰ ਗਾਣੇ ਨਹੀਂ ਬੰਦ ਹੁੰਦੇ ਗਾਣੇ ਚਲੋ ਰਿਹਾ ਦੇਖ ਰਿਸ਼ੀ ਫੋਨ 'ਤੇ ਸ਼ੂਟ ਕਰ ਰਿਹਾ ਇਸੀ ਫੋਨ ਮੈਂ ਗਾਣੇ ਚੱਲ ਰਹੇ ਦੇਖ ਲਏ ਮਿਊਟ ਕਰਨਾ ਬੜਾ ਕਿਆ ਚੱਕਰ ਕਿਆ ਨਹੀਂ ਬਾਈ ਕਹਿ ਰਿਹਾ ਇੱਧਰ ਹੀ ਆ ਜੀ ਮੈਂ ਕਿਹਾ ਠੀਕ ਆ ਬਾਈ ਜੀ ਇੱਧਰ ਹੀ ਆ ਜਾਂਗੇ ਲਓ ਮਿੱਤਰੋ ਤੇਲ ਪਵਾ ਲਿਆ ਤਾਂ ਐਵਰੇਜ ਦੇਖਿਓ ਕਿਆ ਦਿਖਾ ਰਹੀ ਆ ਕਹਿਣਾ ਸੀ ਚੱਲ ਜੀ ਹੁੱਟੀ ਇੰਨਾ ਐਵਰੇਜ ਦੇ ਦੇ ਦਿਓ ਫਿਰ ਕਿਸਕੇ ਮਾਰਨੇ ਗਏ 17 ਕੁ ਐਵਰੇਜ ਬਾਈ ਬਾਕੀ ਉਹਦੇ ਤੇ ਆਪਾਂ ਨੂੰ 46 ਮਿੰਟ ਲੱਗਣੇ ਬਾਈ ਸਾਰੀ ਉਹ 46-47 ਮਿੰਟ ਬਾਕੀ ਮੈਂ ਤਾਂ ਮੈਂ ਜ਼ਿਆਦਾ ਭਜਾਈ ਵੀ ਨਹੀਂ ਕਰਦਾ ਮੈਂ ਨੋਰਮਲ ਹੀ ਚੱਲੂੰਗਾ ਬਸ 80-90 ਇਹ 80 ਦਾ ਕਰੂਜ਼ ਕੰਟਰੋਲ ਲਾਇਆ ਹੋਇਆ ਬਸ ਆਰਾਮ ਤੋਂ ਚਲੀ ਜਾਓ ਲਓ ਬਾਈ ਸੰਧੂ ਫਾਰਮ ਵਾਲਿਆਂ ਗਏ ਟਰੈਕਟਰ ਜਾ ਰਹੇ ਹਾਂ ਇੱਧਰ ਅੱਜ ਪਤਾ ਨਹੀਂ ਕਿੱਧਰ ਜਾ ਰਹੇ ਪਿੱਛੇ ਅਰਜਣ ਜਾ ਰਿਹਾ ਤਾਂ ਲਓ ਮਿੱਤਰੋ ਸ਼ਾਹਬਾਦ ਆ ਗਏ ਵੈਸੇ ਤਾਂ ਉੱਪਰ ਨੂੰ ਵੀ ਜਾ ਹਾਂ ਆਪਾਂ ਬਟ ਨੀਚੇ ਨੂੰ ਆ ਗਿਆ ਇੱਕ ਕੋਈ ਸਵੀਟਸ ਦੇਖ ਲਿਆ ਕੋਈ ਸ਼ੋਪ ਬਾਈ ਕੋਈ ਖਾਣੇ ਲੈ ਲੇਂਗੇ ਮਿੱਠਾ ਵਿਕਾ ਯਾਰ ਨਵੀਂ ਗੱਡੀ ਕੰਮ ਨਾਨਕਿਆਂ ਨੂੰ ਇੱਕ ਅੱਜ ਜੀਰੀ ਵੀ ਵੱਢ ਰਹੀ ਆ ਉਸਕੇ ਵੀ ਚਲੋ ਕਿਉਂਕਿ ਜ਼ਿਮੀਦਾਰ ਵਾਸਤੇ ਨਹੀਂ ਚੀਜ਼ਾਂ ਯਾਰ ਦੇਖੋ ਜੀਰੀ ਵੱਢਣਾ ਇੱਕ ਆਪਣੇ ਵਾਸਤੇ ਐਕਸਾਈਟਮੈਂਟ ਲੈਵਲ ਕਿੰਨਾ ਹੋਵਾ ਹੈ ਨਾ ਮੈਂ 1 ਮਿੰਟੋਂ ਫੋਨ ਆਇਆ 1 ਮਿੰਟੋਂ ਤਿਆਰ ਹੋਊਗਾ ਇੱਧਰ ਉੱਧਰ ਨਹੀਂ ਬੰਦਾ 100 ਵਾਰੀ ਸੋਚਾ ਨਾ ਯਾਰ ਫਸਲ ਕਾ ਕਿੰਨਾ ਪਿਆਰ ਇੱਕ ਮੌਸਮ ਜੁੜੇ ਹੋਵਾਂ ਯਾਰ ਫਸਲ ਕੇ ਤਾਂ ਬੰਦੇ ਕੇ ਬਟ ਅੱਜ ਸੰਡੇ ਵੀ ਹੈ ਯਾਰ ਸ਼ੋਪ ਨਾ ਬੰਦ ਹੋਵਾਂ ਬਟ ਇਹਨਾਂ ਕਦੇ ਕੋਈ ਸਰਕਾਰੀ ਛੁੱਟੀ ਨਹੀਂ ਹੁੰਦੀ ਸਵੀਟਸ ਵਾਲਿਆਂ ਦੀ ਦੇਖਾਂ ਜੇ ਕੋਈ ਮਿਲ ਗਿਆ ਯਾਰ ਅੱਛੀ ਬਾਤ ਆ ਚੰਗਾ ਜਿਹਾ ਨਹੀਂ ਲੱਗਦਾ ਯਾਰ ਇੱਕ ਅੱਛਾ ਜਿਹੜੀ ਚੀਜ਼ ਲੈ ਲੈਣਾ ਉਹੀ ਚੀਜ਼ ਦਿਖਣ ਲੱਗ ਜਾ ਲੈ ਦੇਖੋ ਸਕੋਰਪੀਅਨ ਰੱਬ ਨਾਲੇ ਲਾਈਵ ਹੀ ਪੜ ਰਹੇ ਉਹੀ ਸਕੋਰਪੀਅਨ ਦਿਖ ਗਈ ਰੋਡ ਪਾ ਨੂੰ ਅੱਜ ਜਿਹੜੀ ਚੀਜ਼ ਲੈ ਲੈਣਾ ਉਸੀ ਕਨੀ ਹੋਣ ਲੱਗ ਜਾ ਬਈ ਉਹੀ ਆ ਬਸ ਰੋਡ ਪਾ ਬਸ ਹੋਰ ਤਾਂ ਹੈ ਹੀ ਨਹੀਂ ਉਰੇ ਨੂੰ ਆਵਾ ਯਾਰ ਇੱਕ ਸਵੀਟਸ ਦੇਖੋ ਮੈਂ ਪਹਿਲਾਂ ਲੈ ਕੇ ਗਿਆ ਇੱਕ ਦੋ ਵਾਰੀ ਫੁਲਕੇ ਤਲੇ ਨੂੰ ਉਹ ਰਹੀ ਰੋੜਾ ਸਵੀਟਸ ਲੈ ਲਈਏ 2 ਡੱਬੇ ਅੰਕਲ ਵਿਊ ਖਰਾਬ ਕਰਦੀ ਆ ਮੇਰੀ ਗੱਡੀ ਦੀ ਵੀਡੀਓ ਬਾਕੀ ਇੱਧਰ ਬਾਈ ਜੀਰੀ ਜੂਰੀ ਕਹਿੰਦਾ ਫੁੱਲ ਕੰਮ ਚੱਲ ਰਿਹਾ ਦੇਖੋ ਵਢਾਈ ਚੱਲ ਰਹੀ ਕਿਉਂਕਿ ਉਹ ਏਰੀਆ ਜਿਹੜਾ ਸ਼ਾਹਬਾਦ ਵਾਲਾ ਏਰੀਆ ਬਾਈ ਇੱਕ ਤਾਂ ਰੇਤਲੀ ਧਰਤੀ ਕਰਕਾ ਆਲੂ ਮਟਰ ਕਿ ਬਹੁਤ ਲੋਕ ਸ਼ੌਕੀਨ ਆ ਤਾਂ ਟਾਈਮ ਸਿਰ ਲੋਕ ਲਾਵਾਂ ਆਈ ਵਾ ਆਲੂ ਦੀ ਬਿਜਾਈ ਚੱਲ ਜਾਏਗੀ ਜਾਂ ਮਟਰ ਬੀਜਾਂਗੇ ਮਟਰ ਬਹੁਤ ਬੀਜਾਂ ਬਾਈ ਤੋ ਕਰਕੇ ਵਢਾਈ ਚੱਲ ਗਈ ਟਾਈਮ ਗਿਆ ਆਪਣਾ ਤਾਂ ਹਾਲੀ ਬਹੁਤ ਟਾਈਮ ਲੱਗ ਜਾਣਾ ਆਪਣਾ ਤਾਂ ਘੱਟੋ ਘੱਟ 15-20 ਦਿਨ ਇੱਕ ਉਹ ਦੇਖੋ ਹੋਰ ਖੜੀ ਸਕੋਰਪੀਅਨ ਜਿਹੜੀ ਚੀਜ਼ ਲੈ ਲੈ ਬਾਈ ਉਹੀ ਦੇਖੀ ਜਾ ਕੁਦਰਤੀ ਹੋਵਾ ਬੰਦਾ ਪਤਾ ਨਹੀਂ ਬੰਦਾ ਪਹਿਲਾਂ ਦੇਖਦਾ ਨਹੀਂ ਹੈ ਕਿਉਂ ਜਿਹੜੀ ਚੀਜ਼ ਹੁੰਦੀ ਜਾ ਅਗਲਾ ਕਹਿ ਦੇਖਾ ਉਸਨੂੰ ਜਦ ਹੋ ਜਾ ਬੰਦਾ ਉਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾ ਇਸ ਤਰੀ ਨੰਬਰ ਗਾ ਪਹਿਲਾਂ ਜਦ ਕੋਈ ਨੰਬਰ ਲੈ ਲੈ ਫਿਰ ਨਹੀਂ ਲੱਗੀ ਜਾ ਸਾਰਿਆਂ ਬਾਈ ਉਹੀ ਨੰਬਰ ਆ ਯਾਰ ਪਹਿਲਾਂ ਮੈਨੂੰ 0-0-43 ਟੱਕਰੀ ਜੇ ਕਰਾਂ ਤਾਂ ਬਹੁਤ ਟੱਕਰੇ ਬਾਈ
ਚਲੋ ਚਲਾਂ ਉਰੇ ਤੇ 15 ਮਿੰਟ ਲੱਗ ਲਈ ਬਾਈ। ਲਓ ਬਾਈ ਪਹੁੰਚ ਕੇ ਗਏ ਤੇ ਟਾਈਮ 7 ਵਜਣੇ ਮੋਹਾਲੀ, 7-8 ਮਿੰਟ ਰਹਿ ਰਹੇ ਹਾਂ ਬਾਈ। ਹਾਲੀ ਮਸ਼ੀਨ ਚੱਲ ਰਹੀ ਹੈ ਉੱਧਰ। ਅੱਛਾ ਜੀ ਉਹ ਨਹੀਂ ਮੈਨੂੰ ਲੱਗਾ ਇੱਧਰ ਲਿਖੇ ਤਾਂ ਨਹੀਂ ਵੱਢੇ ਜਾਣਗੇ, ਪਤਾ ਨਹੀਂ ਵੱਢ ਜਾਂਗੇ। ਧਰੀ ਹੋਈ ਤਾਂ ਹੈ ਫਾਂਟ ਬਾਈ ਇੱਧਰ ਨੂੰ, ਬਾਕੀ ਦੇਖਾਂ ਕਿੱਧਰ ਆ ਬੰਦੇ। ਬੁਲਟ ਦਾ ਵਾ ਖੜਿਆ ਚਾਂਦੀ ਰਾਮ ਵਾਲਾ, ਉੱਪਰ ਹੀ ਨੂੰ ਜਾਵਾਂ ਕਿਉਂਕਿ ਉਹ ਥੋੜ੍ਹਾ ਹਰੇ ਪਣ ਮਾ ਦੀ। ਬਾਕੀ ਜੀਰੀ ਪਤਾ ਨਹੀਂ ਲੈ ਕੇ ਜਾ ਸਕਾਂਗੇ ਕਿ ਨਹੀਂ, ਕਿਉਂਕਿ ਰਾਤ ਤਾਂ ਹੋਊਗੀ, ਜਾਂ ਫਿਰ ਸਵੇਰੇ ਦੇਖਾਂਗੇ ਤੜਕੇ ਲੈ ਕੇ ਜਾਵਾਂਗੇ। ਜਿਹਨੂੰ ਅੱਜ ਥੋੜ੍ਹੀ ਬਹੁਤੀ ਸੁੱਕੀ ਗਿੱਲੀ ਹੋਈ ਨਾ, ਫਿਰ ਉਹ ਕਿਆ ਨਾ ਲੇਕਰ ਸਵੇਰੀ ਧੁੱਪ ਲੱਗ ਜਾਈ ਕੱਲ੍ਹ ਕੀ, ਕੱਲ੍ਹ ਕੀ ਧੁੱਪ ਲਵਾ ਗਾ ਫਿਰ ਉਹ ਜਾ ਕੰਮ ਸੈੱਟ। ਪਰ ਕਰਦੀ ਅੱਛਾ ਉਹਨਾਂ ਬਹੁਤ ਬੰਦਿਆਂ ਕਾ ਮੈਸੇਜ, ਹਾਂ ਬਾਈ ਬੁਲਟ ਕਹਾਂ ਬੁਲਟ ਇਹ ਫੜਿਆ ਬਾਈ ਤਰੋ ਆਪਣਾ PV 11 BU 37 ਥੋੜ੍ਹੀ ਅਤੇ ਉਰੀ ਨਾ ਮੋਟਰ ਵਖੜਾ ਰੱਖਿਆ ਬਸ, ਪੁਰਾਣੇ ਜਾਣੇ ਕਿ ਯਾਰ ਚਲੋ ਤੰਗੀ ਨਾ ਹੋਵਾ। ਬਾਕੀ ਓਹੋ ਕੁੜਤਾ ਜਾਮਾ ਚਿੱਟਾ ਬਾਈ, ਇੱਧਰ ਨੂੰ ਜਾਣਾ ਔਖਾ ਥੋੜ੍ਹਾ, ਚਲੋ ਗੰਦਾ ਹੋ ਜਾਵੇਗਾ ਬਾਈ। ਇਹ ਨਾ ਸਵੇਰ ਕਾ ਪਾ ਰੱਖਿਆ ਬਸ, ਮੈਨੇ ਪਾਓ ਰੱਖਿਆ। ਕਿੱਧਰ ਨੂੰ ਜਾ ਰਿਹਾ ਬਾਈ, ਕਿੱਧਰ ਨੂੰ ਰਸਤਾ ਫੁੱਲ ਭਰ ਗਿਆ ਤੋ ਰਸਤਾ ਉੱਧਰ ਨੂੰ ਦਾ, ਮਸ਼ੀਨ ਚੱਲ ਰਹੀ ਪਿੱਛਾ, ਮੈਂ ਇੱਧਰ ਹੀ ਨੂੰ ਆ ਗਿਆ ਫਿਰ। ਪਹਿਲਾਂ ਖਵਾ ਜੇ ਪੀਰ ਕਾ ਮੱਥਾ ਟੇਕ ਲਈ ਮਸ਼ੀਨ ਵਾਲਾ, ਆਪਣੀ ਮਸ਼ੀਨ ਕਾ ਜੋ ਫਾਇਦਾ ਹੋਵਾ ਬਾਈ। ਦੇਖੋ ਜੜਾਂ ਦਾ ਜਿਸ ਤਰ੍ਹਾਂ ਮਰਜ਼ੀ ਗਿਰੀ ਪੜੀ ਜਿਸ ਤਰ੍ਹਾਂ ਮਰਜ਼ੀ ਵੜ ਦਿਉ, ਸੁਪਰ ਸੀਡਰ ਹੀ ਵਧੀਆ ਚਲਾਉਣਾ। ਬਾਕੀ ਇੱਧਰ ਲੱਗ ਰਹੇ ਬੰਦੇ ਕਿਆ ਕਰਨ, ਧੋਰੇ ਕਟਵਾ ਰਿਹਾ ਖੜਾ ਹੈਗਾ ਨਾ ਬੰਦੇ ਵਾਦੇ, ਕਿਉਂਕਿ ਪੈਪ ਲੈਣ ਜਾਣਾ ਹੋਵਾ ਨਾ ਵਾਹਾਂ ਸੀ ਥੋੜ੍ਹਾ ਹੋਵਾ ਬਾਈ। ਹਾਂ ਵੀ ਜਾਂਦੀ ਰਾਮ ਬਸ ਇਸ ਟਾਈਮ ਤਾਂ ਤੈਨੂੰ ਪਤਾ ਲੱਗਾ ਜਾ ਰਸਤਾ ਖਰਾਬ ਹੋ ਰਿਹਾ ਹੈ, ਬੁਖਾਰ ਹੋ ਗਿਆ ਤੈਨੂੰ, ਉਹ ਕਿੱਧਰ ਅਡਾ ਰਿਹਾ ਬੰਦਾ। ਅੱਛਾ ਇਹ ਮਸ਼ੀਨ ਵਾਲਾ ਦੇ ਲੈ ਮੱਥਾ ਮੁੱਥਾ ਟੇਕ ਲੈ, ਕਿਆ ਪਤਾ ਕਿਆ ਕਰਨਾ। ਰੁਕੀ ਕਿਸ ਤੇ ਆਓ ਬਾਈ, ਮਸ਼ੀਨ ਨਾ ਚੌਕ ਹੋ ਗਈ ਸੀ, ਮਾਤਾ ਨੇ ਡੱਬਾ ਨਹੀਂ ਮੰਗਾਇਆ ਤਾਂ ਅਰਦਾਸ ਨਹੀਂ ਕਰੀ ਪਹਿਲਾਂ ਤਾਂ ਕਰਕੇ ਹੋਇਆ ਬਾਈ। ਬਾਕੀ ਬਾਈ ਮਸ਼ੀਨ ਬਾਕੀ ਨਾ ਜੀਰੀ ਯਾਰ ਗਿਰ ਵੀ ਗਈ ਬਹੁਤੀ, ਕਿਉਂ ਬਰਸਾਤਾਂ ਹੁੰਦੀ ਰਹੀ, ਹਜੇ ਵੀ ਬਹੁਤ ਗਿੱਲਾ ਬਾਈ। ਦੇਖੋ ਪੈਣਾ ਪੜ ਰਹੀਆਂ ਤਲਾ, ਇਹ ਦੇਖੋ ਉਹਨੂੰ ਵੀ ਦੇ ਦਿਓ ਉਸਤਾਦ ਨੂੰ ਦੇ ਦੀ ਉੱਪਰ। ਚੱਲ ਰਿਹਾ ਕੰਮ, ਬਾਕੀ ਉਹ ਬਰੀਕ ਜਿਹੜੀ ਨਾ ਗਿਰੇ ਹੀ ਬਹੁਤ ਆ, ਸਮਾਜ ਉਹ ਭੈੜ ਆ ਬਾਈ। ਇੱਧਰ 26 ਲੱਗ ਰਹੀ ਮੈਨੂੰ ਲੱਗਾ ਬਾਈ, ਇਸ ਤਰ੍ਹਾਂ ਖੜੀ ਆ ਗਵਾਂਢੀਆਂ ਕੀ, ਇਹ ਸਮਾਂ ਭੈੜ ਆ ਪਤਾ ਨਹੀਂ ਕਿਆ ਚੱਕਰ ਆ। ਬਰੀਕ ਜਿਹੀ ਮੈਂ ਤਾਂ ਬਹੁਤ ਜ਼ਿਆਦਾ ਬਾਈ, ਗਿਰਿਆ ਹੀ ਗਿਰਾ। ਬਾਕੀ ਹੋਸ ਵੀ ਪੜਨ ਲੱਗੀ ਤਾਂ ਵੀ ਹੋ ਗਿਆ, ਇਹਨਾਂ ਨੇ ਉਹ ਹੋਵਾ ਬਾਈ ਮਸ਼ੀਨ ਵਿਹਲੀ ਹੋ ਵੀ ਚੱਲ ਵੜਦੇ ਹਾਂ ਨੇੜਾ ਲੱਗੇ ਹੋਏ। ਮੈਂ ਕਿਹਾ ਚਲੋ ਠੀਕ ਆ ਬਾਈ, ਵੈਸੇ ਤਾਂ ਸ਼ਾਮ ਨੂੰ ਨਾ ਵਾਹ ਪੜਨ ਲੱਗ ਜਾ ਫਿਰ ਦਾਣੇ ਗਿਰਨ ਲੱਗ ਜਾ ਮਸ਼ੀਨ, ਬਟ ਬਰੀਕ ਜੀਰੀ ਕਰਕੇ ਨਾ ਸ਼ਾਮ ਨੂੰ ਵੱਢਾਂ ਵੀ ਤਾਂ ਜੋ ਦਾਣੇ ਟੁੱਟਾਂ ਨਾ ਬਾਈ, ਚੌਲ ਟੁੱਟਾਂ ਨਹੀਂ ਬਹੁਤ ਜ਼ਿਆਦਾ, ਤਾਂ ਕਰਕੇ ਉਸੇ ਜੀ ਵੱਢਾਂ ਇਸਨੂੰ। ਟਰਾਲੀ ਹੋਰ ਮੰਗਾਈ ਆ,
ਹਾਂ ਜਾਂਦੀ ਰਾਮ ਨਿਕਲ ਜਾਏਗੀ ਟਰਾਲੀ ਤੇ ਜਾਣ ਦਾ ਪ੍ਰਭਾਵਾ ਹੈ ਨਾ ਟਰਾਲੀ ਟਰਾਲੀ ਕੋਰ ਆ ਜਾਏਗੀ ਜਾਂ ਤਿੰਨ ਆ ਜਾਏਗੀ ਟਰਾਲੀਆਂ ਪਿਛਾੜਦੇ ਮਾਮਾ ਜੀ ਪੂਰਾ ਗਿੱਲਾ ਕਿਉਂਕਿ ਨਾ ਯਾਰ ਉਹਨਾਂ ਨਾ ਇਹਨਾਂ ਕੇ ਬਾਥਰੂਮ ਆ ਸਕੂਲ ਕੇ ਬਾਈ ਸਕੂਲ ਕੇ ਬਾਥਰੂਮਾਂ ਦਾ ਪਾਣੀ ਆਉਂਦਾ ਰਹਾ ਤਾਂ ਕਰਕੇ ਕਿ ਮੈਨੂੰ ਕਿਹਾ ਸਿੱਧਾ ਹੀ ਰੋਡ ਪਰ ਚੜਾ ਦੇ ਸਾਲੀ ਨੂੰ ਕਿਉਂਕਿ ਸੜਕ ਆ ਗਈ ਅੱਗਾ ਜੇ ਉਹ ਬਾਥਰੂਮਾਂ ਦਾ ਪਾਣੀ ਕਰਕੇ ਨਾ ਉਰਾ ਗਿੱਲਾ ਥੋੜ੍ਹਾ ਹੈ ਤਾਂ ਜ਼ਿਆਦਾ ਨਹੀਂ ਉਰਾ ਥੋੜ੍ਹਾ ਗਿੱਲਾ ਪਰ ਨਿਊਆ ਮਸ਼ੀਨ ਦਬ ਰਹੀ ਆ ਜੇ ਬਾਥਰੂਮਾਂ ਕੇ ਪਾਣੀ ਪੂਣੀ ਕਰਕੇ ਵੀ ਜ਼ਿਆਦਾ ਹੈ ਆ ਬਾਈ ਪਤਾ ਨੀ ਕਿਆ ਬਣਾ ਕਾ ਨਿਕੜਾ ਕੇ ਨਹੀਂ ਨਿਕੜਾ ਕੇ ਨਿਕੜ ਗਈ ਨਿਕੜ ਗਈ ਨਿਕੜ ਗਈ ਨਿਕੜ ਗਈ ਨਿਕੜ ਗਈ ਸ਼ੁਕਰ ਆ ਨਿਕੜ ਗਈ ਬਾਈ ਪੜ ਗਿਆ ਤਾਂ ਪੰਗਾ ਪੰਗ ਚ ਮੋੜ ਨੀ ਔਖੀ ਥੋੜੀ ਜੀ ਮੋੜ ਲੇਗਾ ਚੱਲ ਪਿੱਛਾ ਨਾ ਜਾ ਪੰਗਾ ਚ ਬਹਿ ਕਰ ਜੇ ਕਰਾਂ ਇੱਕ ਬੈਗ ਨੀ ਲਿਆ ਸਕਦੇ ਕੱਟ ਨੀ ਮਾਰ ਸਕਦੇ ਵੀ ਇੱਧਰ ਕੰਧ ਕਰਨਾ ਸਕਦਾ ਸਕੂਲ ਕੀ ਮੋੜ ਨੀ ਵੀ ਔਖੀ ਭੈਣ ਜਵਾਤੀ ਲੋ ਬਾਈ ਉਹ ਪੰਗਾ ਹੋ ਜਾ ਥੋੜ੍ਹਾ ਜਿਹਾ ਰਾਤ ਬਰਾਤ ਗਾ ਇਹ ਵੀ ਇਹਨੂੰ ਕਿਹਾ ਰਹਿਣ ਦੇ ਦਿਓ ਉਹਨਾਂ ਵੱਡਾ ਬਾਕੀ ਸਵੇਰੇ ਦੇਖਾਂਗੇ ਜੇ ਉੱਧਰ ਵੜਦੀ ਇੱਕ ਨਾ ਰਸਤਾ ਬਣਾਉਣਾ ਰੈਂਪਾ ਬਣਾਉ ਰਹੀ ਆ ਬਾਈ ਉਹ ਟਰਾਲੀਆਂ ਦੋ ਭਰੀ ਖੜੀ ਆ ਹੋਰ ਇਹਨੂੰ ਕੱਢਣੀ ਆ ਆਪਣਾ ਹੋਰ ਇਹਨੂੰ ਰੈਂਪਾ ਬਣਿਆ ਹੋਇਆ ਸੜਕ ਨੇੜਾ ਕਿਉਂਕਿ ਸੜਕ ਉੱਚੀ ਆ ਬਾਈ ਖੇਤ 'ਤੇ ਅੱਗਾ ਖੰਭਾ ਅੜ ਗਿਆ ਖੰਭੇ ਕੱਟ ਕਰ ਨਹੀਂ ਮੁੜ ਰਿਹਾ ਹੈ ਪਿੱਛਾ ਦੇਖੋ ਕੋਣਾ ਬਿਲਕੁਲ ਨਜ਼ਦੀਕ ਬਸ ਇਹ ਹੋਵਾ ਡਰਾਈਵਰੀ ਕਹਾਂ ਦੇ ਮੋੜਾ ਕਹਾਂ ਦੇ ਨਾ ਅਗਲਾ ਅੱਗਾ ਖੰਭਾ ਅੜ ਗਿਆ ਇੱਕ ਫੁੱਟ ਕੀ ਜਗ੍ਹਾ ਅਗਲੇ ਆ ਬਹਿ ਕਰ ਅੱਗਾ ਕਰ ਪਿੱਛਾ ਕਰ ਕਿੰਨੀ ਕਿੰਨੀ ਜਗ੍ਹਾ ਬਾਈ ਪੜਦੀ ਭੈਣ ਬਹੁਤ ਜਾਨ ਆ ਯਾਰ ਮਸ਼ੀਨ ਵਾ ਨਹੀਂ ਦੇਖੇ ਦੇਖੇ ਕੱਡਾ ਖੱਡਾ ਬਾਈ ਸਾਲੀ ਚੜਾ ਲੇਗੀ ਜ਼ੋਰ ਬਹੁਤ ਪੂਰਾ ਨਹੀਂ ਲੱਗ ਰਿਹਾ ਤਾਂ ਮਾਲ ਲੈ ਵੀ ਪੜ ਗਿਆ ਪੰਗਾ ਸਾਲਾ ਇਹ ਪੂਰਾ ਇਹਨੂੰ ਬੜਾ ਗਾ ਉਹ ਇਹਨੂੰ ਚਾਹ ਛੋੜ ਦੀਏ ਥੋੜ੍ਹੀ ਹੱਥਾਂ ਗੱਲ ਪੜ ਦੇਂਗੇ ਹਾਂ ਮੈਂ ਤਾਂ ਹੀ ਕਹਿ ਰਿਹਾ ਕੋਈ ਨੀ ਉਹ ਪੜਦੇ ਆ ਇਹ ਪੜਦੇ ਪੰਕਜ ਥੋੜੀ ਜਿਹੀ ਆ ਪੜਦੇ ਦੇਖ ਉਹਦਾ ਉਹ ਬਾਥਰੂਮਾਂ ਦਾ ਪਾਣੀ ਆਵਾ ਗਿੱਲਾ ਤਾਂ ਆਇਓ
ਤੇ ਬਾਥਰੂਮ ਬੂਥਰੂਮ ਆ ਨਾ ਬਾਈ, ਕਿਉਂਕਿ ਕਿਹੜਾ ਨਿਕਾਸੀ ਆ ਆਪਣੇ ਉਰੇ ਨਿਕੜਿਆ ਵਾ, ਦੇਖੋ ਪੈਪ ਪੂਪ ਇੱਥੇ ਨੀ ਪੜੇ ਨਾ, ਇੰਨੇ ਪਿੱਛਾ ਕਹਿ ਹੋਵਾ ਕੋਈ ਨੀ ਯਾਰ, ਇੰਨਾ ਕੁ ਪਾਣੀ ਤੇ ਆ ਕਹੀ ਗੋਰਾ ਜਿਹਨੂੰ ਨਿਆਈ ਵਾਲੀ ਜ਼ਮੀਨ ਕਹਿੰਦੇ, ਨਿਆਈ ਵਾਲੀ ਜ਼ਮੀਨ ਕੇ ਫਾਇਦੇ ਬਹੁਤ ਆ, ਚਲੋ ਵੈਲਿਊ ਜ਼ਿਆਦਾ ਹੋਆ ਬਾਈ ਨਿਆਈ ਕੇ ਲਾਗਾ ਸੜਕ ਕੇ ਉੱਪਰ ਗਏ ਤਾਂ, ਪਰ ਨੁਕਸਾਨ ਇਹੋ ਆ ਬਾਈ ਨੇੜੇ ਲੰਘਦੇ ਹੋਏ ਨਾ ਕੋਈ ਵੀ ਜਾਨਵਰ ਜਰਦਾ, ਜਿਸ ਤਰ੍ਹਾਂ ਮੈਂ ਜਾਰੀ ਜਾਂ ਭੇਡਾਂ ਬੱਕਰੀਆਂ ਆਮ, ਤੁਹਾਨੂੰ ਪਤਾ ਜੀ ਲੋਕਲ ਆਪਣੇ ਜਾਈਆਂ ਸਾਰੀ ਨੇੜੇ ਨੇੜੇ ਤੇ ਆਪਣੀ ਫਸਲ ਖਾ ਰੱਖੀ ਆ ਏ ਟੂ ਜੈਡ ਸਾਰੀ, ਦੇਖੋ ਬਾਈ ਇਹ ਸਾਰਾ ਵਾ ਖਾ ਰੱਖਿਆ, ਇਸ ਕਰ ਦੇਖਾਂਗੇ ਨਾ ਅਗਲੇ ਸਾਲ ਵਾ ਕਰਾਂਗੇ ਵਾ ਲਾਵਾਂਗੇ ਆ ਤਾਰ ਤੂਰ ਲਾਵਾਂਗੇ। ਚਲੋ ਇੰਨੇ ਕੁ ਨੁਕਸਾਨ ਕਿਸੇ ਚੀਜ਼ ਕੇ ਨੁਕਸਾਨ ਫਾਇਦੇ ਹੋਵਾਂ ਕਿਸੇ ਚੀਜ਼ ਕੇ ਨੁਕਸਾਨ ਹੋਵਾਂ ਬਾਈ ਚੱਲਦਾ ਹੀ ਰਹਾ ਕੰਮ। ਬਾਕੀ ਮਿੱਤਰੋ ਬੁਲਟ ਵਾਲੀ ਜ਼ਿੰਮੇਵਾਰੀ ਇਸ ਬਾਈ ਰਪਾ, ਠੀਕ ਚਲਾ ਬੁਲਟ ਠੀਕ ਨੰਬਰ ਹੈਂ ਠੀਕ ਨੰਬਰ ਬਾਈ, ਉਹੀ ਚਲਾਵਾ ਸਾਰਾ ਦਿਨ, ਮੈਂ ਸ਼ਿਕਾਇਤਾਂ ਯਾਰ ਪਟਾਕੇ ਪਟੂਕੇ ਫੋਟੋਆਂ ਫੋਟੋਆਂ ਸਾਂਝਾ ਨੂੰ ਖਿੱਚਣ ਜਾ ਤਾ ਹੈਂ, ਫੋਟੋ ਫਾਟੋ ਖਿੱਚੇ ਪਟਾਕੇ ਵਾਲਾ ਕੰਮ ਨਹੀਂ ਆਪਣੇ ਪੈਰ। ਅੱਛਾ ਠੀਕ ਚਲਾ ਇੱਕ ਨੰਬਰ ਚੱਲਦਾ ਬੁਲਟ ਤੋਂ ਠੀਕ ਆ, ਇਹਦਾ ਟਾਇਰ ਪਵਾਉਣੇ ਘਾਵਰਾ ਟਾਇਰ ਵੀ ਪਵਾ ਕੇ ਜਾਵਾਂਗੇ ਯਾਰ, ਹਾਂ ਟਾਇਰ ਘੱਟ ਚੱਲ ਦੇਖ ਲੈਂਗੇ ਪਾ ਦੇਂਗੇ ਇਸ ਟਾਇਰ ਯਾਰ, ਚੱਲ ਲੈ ਜਾ ਤਾਂ ਉੱਧਰ ਹੀ ਲੈ ਜਾ, ਬਾਕੀ ਆਪਾਂ ਗੱਡੀ ਨੂੰ ਚਲਾ ਆਪਾਂ ਕਰਨੇ ਆ ਮੋੜ ਮੋਟਰ ਥੋੜ੍ਹੀ ਜਿਹੀ ਪਰਾ ਲੱਗੇ, ਚਲੋ ਕੁਛ ਨਹੀਂ ਥੋੜ੍ਹਾ ਨਜ਼ਰ ਫਜ਼ਰ ਤੇ ਗੱਡੀ ਵਿੱਚ ਹੋਰ ਆਗਾ ਥੋੜ੍ਹਾ ਫਰੰਟ ਵਾ ਨਾ ਇਹ ਲੱਗੇ ਭਾਈ ਉਹ ਮੋੜਦੇ ਹੋਏ ਨਾ ਇਹ ਲੱਗੀ ਥੋੜ੍ਹੀ ਜਿਹੀ, ਚਲੋ ਮਾਂ ਕੋਈ ਨਹੀਂ ਇੰਨਾ ਕੁ ਤਾਂ ਜ਼ਰੂਰੀ ਆ ਭਾਈ, ਹਾਂ ਮੂਹਰਤ ਕਰਨਾ ਪਹਿਲਾਂ ਨਾ ਜਦ ਮੇਰੀ ਨਵੀਂ ਗੱਡੀ ਦੀ ਉਹ ਵੀ ਦਿੱਲੀ ਜਾ ਕੇ ਲੱਗੀ ਬਾਈ ਇੱਕ ਦਿਨ ਨਾ ਪਿੱਛਾ ਮਾਰ ਕੇ ਗਿਆ ਕੋਈ ਬੰਦਾ, ਮੈਂ ਨਹੀਂ ਠੀਕ ਕਰਾਈ ਫਿਰ ਉਹ ਪਰੀ ਰਹਿ ਗਈ ਸੈੱਟ ਰਹਿ ਗਿਆ ਕੰਮ, ਇਹਦਾ ਨਾ ਹੋਣਾ ਚਾਹੀਦਾ ਨਜ਼ਰ ਫਜ਼ਰ ਦੇ ਨਾ ਫਿਰ ਗੱਡੀ ਬਚੀ ਰਹਾ ਬਾਈ, ਚਲੋ ਕੋਈ ਨਹੀਂ ਗਰਮੀ ਬਹੁਤ ਹੋ ਰਹੀ ਬਾਹਰ ਬਾਈ, ਪਤਾ ਨਹੀਂ ਕਿਆ ਚੱਕਰ ਹੋ ਰਿਹਾ ਬੁਰਾ ਹਾਲ ਕਰ ਲਿਆ ਗਰਮੀ, ਬਾਕੀ ਮੇਰੇ ਪਾਸ ਮੈਂ ਕਦੀ ਵੀ ਗੱਡੀ ਅੱਗੇ ਤੋਂ ਮੇਰੇ ਪਾਸ ਕਦੀ ਵੀ ਨਹੀਂ ਟੱਚ ਹੋਈ, ਪਤਾ ਨਹੀਂ ਕਿਆ ਚੱਕਰ ਹੋਇਆ ਊਂ ਯਾਰ ਕਦੀ ਅਰੂਰਾ ਮੈਂ ਰੋਜ਼ ਗੱਡੀ ਆਪਣੀ ਤੈਨੂੰ ਪਤਾ ਲਿਆ ਊਂ ਕਹਿੰਦਾ ਪਹਿਲੀ ਵਾਰੀ ਖੜਾਈ ਦੀ ਉਰਾ, ਪਤਾ ਨਹੀਂ ਗੱਡੀ 'ਤੇ ਸਾਲੇ ਪਾ ਉਸ ਵਾ ਨਾ ਉਹ ਵਾ ਹੋ ਰਿਹਾ ਤਾਂ ਘਾਸ ਖੜੇ ਦਾ ਉਹ ਕੁਛ ਵਾ ਪੜੀ ਹੋਈ ਤੀ ਕਹਿਣ ਲਈ ਕਰਾਂ ਉਸ ਪੜੀ ਹੋਈ ਤੀ, ਤੀਸਰੇ ਵੇਲੇ ਸਾਲੀ ਜਾ ਕੇ ਬੋਰ ਮੈਂ ਨਾ ਲੱਗੀ ਜਾ ਕੇ ਬਸ ਐਂ, ਚਲੋ ਜੀ ਹੋਰ ਤੀ ਆ ਕੰਮ, ਚਲੋ ਕੋਈ ਨਾ ਇੰਨਾ ਕੁ ਤਾਂ ਚੱਲਦਾ ਰਹਾ ਓਏ, ਬਾਕੀ ਦੇਖੋ ਵੀਰੋ ਦੇਖੀ ਬਾਈ ਮਸ਼ੀਨ ਕਹਿੰਦਾ ਬੈਰੰਗ ਟੁੱਟਿਆ ਪਤਾ ਨਹੀਂ ਕਿਆ ਹੋ ਗਿਆ, ਮਸ਼ੀਨ ਭੇਜ ਦੀ ਘਰਾਂ, ਬਾਕੀ ਇੱਕ ਉਹ ਟਰੈਕਟਰ ਮੰਗਾਇਆ ਇੱਕ ਉਹ ਟਰੈਕਟਰ ਮੰਗਾਇਆ ਉਹ ਟਰਾਲੀ ਕੱਢਣੀ ਭਰੀ ਹੋਈ ਆ ਕੁਛ ਗਿੱਲਾ ਵਾਹਣ, ਲਓ ਬਾਈ ਤਿੰਨ ਟਰੈਕਟਰ ਪਾਵਾਂਗੇ ਕੱਢਣੇ ਵਾਸਤੇ, ਤੁਹਾਨੂੰ ਪਤਾ ਹੀ ਆ ਫਿਰ ਕਿਸ ਤਰ੍ਹਾਂ ਦੀ ਕਢਾਉਣਾ ਟਰੈਕਟਰ ਜੀਰੀ ਵਾਲੀ ਟਰਾਲੀਆਂ ਦਾ,
ਉਤਰੋ ਹਮੇ ਤਾਂ ਕਹਿੰਦਾ ਤਿੰਨੋ ਪਾਲੇ ਬਾਈ ਕਹਿੰਦਾ ਮੇਰਾ ਨਵਾਂ ਟਰੈਕਟਰ ਆ ਮੈਂ ਨੀ ਪਾਉਂਦਾ ਕਹਿੰਦਾ ਦੋਵਾਂ ਗੱਲੇ ਕੱਢਣੀ ਆ ਮੈਂ ਚੱਲ ਕੱਢ ਦੇ ਬਾਈ ਦੋਵਾਂ ਗੱਲ ਕੱਢ ਲਈ ਜੇ ਦੋਵਾਂ ਗੱਲ ਨਿਕਲ ਜਾ ਅੱਛੀ ਗੱਲ ਆ ਬਾਈ ਬਾਈ ਕਹਿੰਦੇ ਬੁੜਾ ਟਰੈਕਟਰ ਨੀ ਪਾਉਣਾ ਮਾਰੇ ਨਵੇਂ ਟਰੈਕਟਰ ਕਹਿੰਦਾ ਨਵੇਂ ਟਰੈਕਟਰ ਉਹ ਖਿੱਚ ਲਵਾਂਗੇ ਨਵਾਂ ਪਾਇਆ ਸਾਲ ਟਰੈਕਟਰ ਬਾਈ ਕਹਿ ਨਾ ਨਾ ਨਵੇਂ ਅੱਗੇ ਤੇ ਆਇਆ ਕਹਿ ਰਿਹਾ ਮੈਂ ਚਲੋ ਠੀਕ ਆ ਬਾਈ ਨਵੇਂ ਘਰ ਨਿਕਲੇ ਅੱਛੀ ਗੱਲ ਆ ਬਾਈ ਬਾਕੀ ਨਵੇਂ ਸੱਠ ਮਾ ਸੁਧਾਰ ਬਹੁਤ ਹੋਗਾ ਬਾਈ ਜ਼ੋਰ ਪਾਉਂਦਾ ਮਸ਼ੀਨ ਖਰਾਬ ਹੋ ਗਈ ਵੀਰ ਰੋਡ ਪਾ ਬਾਕੀ ਮਿੱਤਰੋ ਅੱਜ ਦੀ ਵੀਡੀਓ ਅਸੀਂ ਸਮਾਪਤੀ ਕਰਾਂ ਵੀਡੀਓ ਵਧੀਆ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ।